वीकेंड लॉकडाउन से पहले एसडीएम स्वर्णजीत कौर ने लोगों को दिया यह संदेश, सियासी पार्टियों को भी इकट्ठ ना करने की अपील। मीडिया से बातचीत करते हुए एसडीएम बाघापुराना ने कहा कि लोगों को कोरोना महामारी से अवेयर करने के लिए बाघापुराना में प्रचार वैन चलाई जा रही है। एसडीएम बाघापुराना ने कहा कि अगर कोई भी पंजाब सरकार की हदायतों की उल्लंघना करेगा तो उस पर सख्त कार्रवाई की जाएगी। उन्होंने सियासी पार्टियों को अपील की है कि कोई भी सियासी पार्टी किसी प्रकार का भी इकट्ठ ना करे, अगर फिर भी कोई इन हदायतों को नहीं मानता तो उस पर कानूनी कार्रवाई की जाएगी। आजाद टीवी न्यूज के लिए बाघापुराना से संदीप कुमार की रिपोर्ट। आज ਤੁਹਾਡੇ ਵੱਲੋਂ ਇੱਕ ਪ੍ਰੈਸ ਦੇ ਨਾਲ ਮੀਟਿੰਗ ਕੀਤੀ ਗਈ ਹੈਗੀ ਹੈ, ਇਹ ਸਾਰਾ ਮੈਟਰ ਅੱਜ ਸਪੈਸ਼ਲੀ ਡੀਐਸਪੀ ਸਾਹਿਬ ਸਬ ਡਿਵੀਜ਼ਨ ਬਾਘਾਪੁਰਾਣਾ ਨੂੰ ਬੁਲਾਇਆ ਗਿਆ ਸੀ, ਤਹਿਸੀਲਦਾਰ ਤੇ ਪ੍ਰੈਸ ਨੂੰ ਤਾਂ ਬੁਲਾਇਆ ਗਿਆ ਕਿ ਲੋਕਾਂ ਨੂੰ ਕੋਰੋਨਾ ਦੇ ਅਵੇਅਰਨੈਸ ਅਸੀਂ ਕਰਨ ਲੱਗੇ ਹਾਂ, ਕੱਲ੍ਹ ਤੋਂ ਪ੍ਰਚਾਰ ਵੈਨ ਚਲਾਉਣ ਲੱਗੇ ਹਾਂ, ਕਿਉਂਕਿ ਅੱਜ ਜਿਹੜੇ ਆਪਾਂ ਨੂੰ ਅਖਬਾਰਾਂ 'ਚ ਪਤਾ ਚੱਲ ਰਿਹਾ ਜਾਂ ਲੋਕਲ ਨਿਊਜ਼ 'ਤੇ ਪਤਾ ਲੱਗਦਾ ਕਿ ਕਰੋਨਾ ਜਿਹੜੀ ਹੁਣ ਪੀਕ 'ਤੇ ਆ ਗਈ ਹੈ, ਅਤੇ ਹਰ ਰੋਜ਼ ਮੋਗਾ ਜ਼ਿਲ੍ਹੇ ਵਿੱਚ ਵੀ ਕੱਲ੍ਹ ਜਿਵੇਂ 90 ਦੇ ਕਰੀਬ ਆਏ ਨੇ, ਅਤੇ ਹਰ ਰੋਜ਼ ਪੇਸ਼ੈਂਟ ਵੱਧਦੇ ਜਾ ਰਹੇ ਨੇ। ਆਮ ਦੇਖਣ ਆਉਂਦਾ ਕਿ ਲੋਕ ਜਿਹੜੇ ਨੇ ਸਿਰਫ ਪੁਲਿਸ ਤੋਂ ਡਰਦੇ ਹੋਏ ਮਾਸਕ ਪਾ ਰਹਿੰਦੇ ਨੇ, ਉਸ ਤੋਂ ਬਾਅਦ ਮਾਸਕ ਉਤਾਰ ਦਿੰਦੇ ਨੇ। ਅਤੇ ਕੱਲ੍ਹ ਜਿਵੇਂ ਸੀ ਐੱਮ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਹੈ, ਗਾਈਡਲਾਈਨਸ ਆ ਰਹੀਆਂ ਨੇ, ਸ਼ਾਮ ਤੱਕ ਪਹੁੰਚ ਵੀ ਜਾਣਗੇ ਸਾਨੂੰ ਗਾਈਡਲਾਈਨ, ਪਰ ਅਸੀਂ ਇਹ ਸੋਚਿਆ ਗਾਈਡਲਾਈਨਸ ਆਉਣ ਤੋਂ ਪਹਿਲਾਂ ਇੱਕ ਮੀਟਿੰਗ ਕਰ ਲਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਅਵੇਅਰ ਕਰ ਦਿੱਤਾ ਜਾਵੇ। ਚਾਹੇ ਲੋਕ ਅਵੇਅਰ ਨੇ, ਸਬ ਡਿਵੀਜ਼ਨ ਬਾਘਾਪੁਰਾਣਾ ਨੇ ਕਾਫੀ ਕੇਸ ਘੱਟ ਵੀ ਨੇ, ਪਰ ਫਿਰ ਵੀ ਮੈਂ ਲੋਕਾਂ ਨੂੰ ਇੱਕ ਕਹਿੰਦੀ ਹਾਂ, ਪੁਰਜ਼ੋਰ ਅਪੀਲ ਕਰਨੀ ਆ ਲੋਕਾਂ ਨੂੰ ਕਿ ਮਾਸਕ ਪਾ ਕੇ ਰੱਖੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਸਬ ਡਿਵੀਜ਼ਨ ਬਾਘਾਪੁਰਾਣਾ ਕਾਫੀ ਹੱਦ ਤੱਕ ਬਚੀ ਵੀ ਹੋਈ ਹੈ, ਕਿਉਂਕਿ ਪੁਲਿਸ ਵੱਲੋਂ ਅੱਛੀ ਤਰ੍ਹਾਂ ਇੰਪਲੀਮੈਂਟੇਸ਼ਨ ਕਰਾਈ ਜਾ ਰਹੀ ਹੈ, ਪਰ ਫਿਰ ਵੀ ਪੀਕ ਨੂੰ ਦੇਖਦੇ ਹੋਏ, ਉੱਪਰੋਂ ਪੰਜਾਬ ਸਰਕਾਰ ਹਦਾਇਤਾਂ ਨੂੰ ਦੇਖਦੇ ਹੋਏ, ਅਸੀਂ ਕੱਲ੍ਹ ਇੱਕ ਪ੍ਰਚਾਰ ਵੈਨ ਬਾਘਾਪੁਰਾਣਾ ਸ਼ਹਿਰ 'ਚ ਇੱਕ ਦੋ ਲੋਕਲ ਮੋਟਰਸਾਈਕਲ ਵਾਲੇ ਰਿਕਸ਼ਾ ਵਾਲਿਆਂ ਨੂੰ ਚਲਾ ਰਹੇ ਹਾਂ, ਪਿੰਡਾਂ ਵਿੱਚ ਪੰਚਾਇਤਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਅੱਛੀ ਤਰ੍ਹਾਂ ਅਵੇਅਰ ਕਰਾਇਆ ਜਾਵੇ ਔਰ ਉਹਨਾਂ ਨੂੰ ਇਹਦੇ ਜਿਹੜੇ ਕਰੋਨਾ ਦੇ ਬਾਰੇ ਅਵੇਅਰ ਕਰਾਇਆ ਜਾਏ ਕਿ ਇਹਨਾਂ ਦੇ ਕਿੰਨੇ ਲੋਸ ਨੇ। ਇਹ ਕੋਈ 2-4 ਦਿਨ ਦੀ ਬਿਮਾਰੀ ਨਹੀਂ, ਇਹ ਮਹੀਨਾ ਭਰ ਲੱਗ ਜਾਂਦਾ ਬੰਦੇ ਨੂੰ ਰਿਕਵਰ ਹੋਣ ਲਈ, ਇਸ ਕਰਕੇ ਸੋਸ਼ਲ ਡਿਸਟੈਂਸ ਮੇਨਟੇਨ ਕੀਤੇ ਜਾਏ। ਕੱਲ੍ਹ ਸੀ ਐੱਮ ਸਾਹਿਬ ਵੱਲੋਂ ਹਦਾਇਤ ਦਿੱਤੀ ਗਈ ਹੈ ਕਿ ਸਿਰਫ ਮੌਤ ਵਕਤ ਜਾਂ ਕੋਈ ਸ਼ਾਦੀ ਵਕਤ 'ਤੇ ਜਿਹੜਾ 20 ਜਾਂ 25 ਬੰਦਿਆਂ ਦਾ ਇਕੱਠ ਕੀਤਾ ਜਾਏ, ਉਸ ਤੋਂ ਜ਼ਿਆਦਾ ਇਕੱਠ ਨਾ ਕੀਤਾ ਜਾਏ। ਜੇਕਰ ਕ੍ਰਿਮੇਸ਼ਨ ਗਰਾਊਂਡ ਵਿੱਚ ਕਿਸੇ ਤਰ੍ਹਾਂ ਦਾ ਇਕੱਠ ਜ਼ਿਆਦਾ ਕੀਤਾ ਜਾਂਦਾ ਤਾਂ ਪਿੰਡ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਜ਼ਿੰਮੇਵਾਰ ਹੋਣਗੀਆਂ। ਡੀਐਸਪੀ ਸਾਹਿਬ ਨੂੰ ਇਹ ਕਿਹਾ ਗਿਆ ਕਿ ਜੇ ਕੱਲ੍ਹ ਪ੍ਰਚਾਰ ਕਰਨ ਤੋਂ ਬਾਅਦ ਵੀ ਕੋਈ ਇਸ ਤਰ੍ਹਾਂ ਦੀ ਉਲੰਘਣਾ ਕਰਦਾ, ਕਰੋਨਾ ਮਹਾਂਮਾਰੀ ਦੇ ਅਗੇਂਸਟ ਜਿਹੜੀਆਂ ਇੰਸਟਰਕਸ਼ਨ ਆਈਆਂ ਨੇ ਪੰਜਾਬ ਸਰਕਾਰ ਵੱਲੋਂ, ਅਖਬਾਰਾਂ 'ਚ ਵੀ ਲੋਕ ਪੜ੍ਹ ਰਹੇ ਨੇ, ਸੋਸ਼ਲ ਮੀਡੀਆ 'ਤੇ ਇੰਸਟਰਕਸ਼ਨਸ ਆ ਰਹੀਆਂ ਨੇ, ਟੀਵੀ 'ਤੇ ਇੰਸਟਰਕਸ਼ਨਸ ਆ ਰਹੀਆਂ ਨੇ, ਔਰ ਲੋਕ ਕਾਫੀ ਹੱਦ ਤੱਕ ਅਵੇਅਰ ਨੇ, ਕਿਉਂਕਿ ਇਹ ਬਿਮਾਰੀ ਕੋਈ ਨਵੀਂ ਨਹੀਂ, ਮਾਰਚ ਮਹੀਨੇ ਤੋਂ ਆਪਣੇ ਪੰਜਾਬ 'ਚ ਛਾਈ ਹੋਈ ਹੈ, ਔਰ ਬਹੁਤ ਜ਼ਿਆਦਾ ਡੈਥ ਰੇਟ ਵੀ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੁਣ ਦੇਖਣ 'ਚ ਆ ਰਿਹਾ। ਲੋਕਾਂ ਨੂੰ ਇੱਕ ਪੁਰਜ਼ੋਰ ਅਪੀਲ ਕਰਦੇ ਆ ਪ੍ਰਸ਼ਾਸਨ ਵੱਲੋਂ ਕਿ ਪਲੀਜ਼ ਜੇ ਅਗਰ ਕੰਮ ਨਹੀਂ ਤਾਂ ਘਰਾਂ ਤੋਂ ਬਾਹਰ ਨਾ ਨਿਕਲੋ, ਇਸ ਬਿਮਾਰੀ ਨੂੰ ਬਚਣਾ ਹੈ ਤਾਂ ਘਰ 'ਚ ਬੈਠੋ, ਅਗਰ ਤੁਹਾਨੂੰ ਨਿਕਲਣਾ ਪੈ ਰਿਹਾ ਤਾਂ ਮਾਸਕ ਜ਼ਰੂਰ ਪਾਓ, ਸਿਰਫ ਜੁਰਮਾਨੇ ਤੋਂ ਡਰਦੇ ਹੋਏ ਨਹੀਂ, ਆਪਣੇ ਸਰੀਰ ਦੀ ਭਲਾਈ ਲਈ, ਲੋਕਾਂ ਦੀ ਭਲਾਈ ਲਈ ਮਾਸਕ ਪਾ ਕੇ ਰੱਖਣ, ਸੋਸ਼ਲ ਡਿਸਟੈਂਸ ਮੈਕਸੀਮਮ ਮੇਨਟੇਨ ਕਰਕੇ ਰੱਖਣ। ਪੁਲਿਸ ਨੂੰ ਵੀ ਹਦਾਇਤ ਕੀਤੀ ਗਈ ਅੱਜ ਕਿ ਇੱਕ ਅੱਧੇ ਦਿਨ 'ਚ ਪ੍ਰਚਾਰ ਕਰ ਦਈਏ, ਜੇ ਉਸ ਤੋਂ ਬਾਅਦ ਨਹੀਂ ਆਉਂਦਾ ਤਾਂ ਲੋਕਾਂ ਦੇ ਖਿਲਾਫ਼ ਡਿਸਾਸਟਰ ਮੈਨੇਜਮੈਂਟ ਦੇ ਐਕਟ ਤਹਿਤ IPCCP ਦੇ ਧਰਾਵਾਂ ਦੇ ਅਗੇਂਸਟ ਪਰਚੇ ਕੱਟੇ ਜਾਣਗੇ, ਜੇ ਕੋਈ ਸੋਸ਼ਲ ਡਿਸਟੈਂਸ ਨਹੀਂ ਮੇਨਟ ਕਰਦਾ ਜੁਰਮਾਨੇ ਲਾਏ ਜਾਣਗੇ, ਤਾਂ ਜੋ ਬਿਮਾਰੀ ਇਹ ਕਰੋਨਾ ਦੀ ਬਿਮਾਰੀ ਦੇ ਕਹਿਰ ਤੋਂ ਆਪਾਂ ਨੂੰ ਬਚਿਆ ਜਾ ਸਕੇ, ਪੰਜਾਬ ਮੁੜ ਰੰਗਲਾ ਪੰਜਾਬ ਹੋ ਸਕੇ। ਮੈਮ, ਜੋ ਵੀਕਐਂਡ ਲੋਕਡਾਊਨ ਹੈ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਕੋਈ ਦੁਕਾਨਾਂ ਵਗੈਰਾ ਜਾਂ ਕੁਛ ਖੁੱਲ੍ਹਿਆ ਰਹੂਗਾ? ਉਸ ਸੰਬੰਧ ਸ਼ਾਇਦ ਜ਼ਰੂਰੀ ਵਸਤੂ ਦੁਕਾਨਾਂ ਉਹ ਤਾਂ ਖੁੱਲ੍ਹੀਆਂ ਰਹਿਣਗੀਆਂ, ਅਦਰਵਾਈਜ਼ ਇਹ ਸੈਟਰਡੇ ਸੰਡੇ ਫੁੱਲ ਡੇ ਲੋਕਡਾਊਨ ਹੀ ਹੈ, ਔਰ ਨਾਈਟ ਜਿਹੜਾ ਕਰਫਿਊ ਪਹਿਲਾਂ ਰਾਤੀ 9 ਵਜੇ ਤੋਂ ਹੁੰਦਾ ਸੀ, ਉਹ ਹੁਣ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੈ, ਔਰ ਜਿਹੜੀ ਦੁਕਾਨਾਂ ਨੇ ਖੁੱਲ੍ਹਣ ਦਾ ਟਾਈਮ ਸੀਗਾ ਉਹ ਹੁਣ ਸਿਰਫ 7 ਵਜੇ ਤੱਕ ਦੇ, 7 ਵਜੇ ਤੋਂ ਬਾਅਦ ਦੁਕਾਨਾਂ ਸਾਰੀ ਦੁਕਾਨ ਬੰਦ ਕਰਨਗੇ। ਮੈਮ, ਜਿਵੇਂ ਪੋਲੀਟੀਕਲ ਪਾਰਟੀਆਂ ਹੈਗੀਆਂ, ਪੋਲੀਟੀਕਲ ਪਾਰਟੀਆਂ ਇਕੱਠ ਵਗੈਰਾ ਕਰ ਲੈਂਦੀਆਂ ਹੈਗੀਆਂ, ਉਹਨਾਂ ਦੇ ਲਈ ਕੀ ਮੈਸੇਜ? ਉਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਅਪੀਲ ਹੈ ਕਿ ਪੋਲੀਟੀਕਲ ਪਾਰਟੀਆਂ ਸਮਝਦਾਰ ਲੋਕ ਨੇ, ਕਿਉਂਕਿ ਜਿਸ ਤਰ੍ਹਾਂ ਦੇ ਇਕੱਠ 'ਚ ਆਮ ਲੋਕ ਆਉਂਦੇ ਨੇ ਉਹ ਲੋਕਾਂ ਦੇ ਭਲੇ ਵਾਸਤੇ ਹੀ ਚੁਣੇ ਵੀ ਗਏ, ਨੁਮਾਇੰਦੇ ਚੁਣੇ ਗਏ, ਉਹਨਾਂ ਨੂੰ ਸਾਡੇ ਵੱਲ ਇੱਕ ਪੁਰਜ਼ੋਰ ਅਪੀਲ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਇਕੱਠ ਨਾ ਕੀਤੇ ਜਾਣ, ਜੇ ਫਿਰ ਵੀ ਕੋਈ ਇਸ ਤਰ੍ਹਾਂ ਦੇ ਇਕੱਠ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ਼ ਡਿਸਾਸਟਰ ਮੈਨੇਜਮੈਂਟ ਦੇ ਐਕਟ ਜ਼ਰੂਰ ਕਾਰਵਾਈ ਕੀਤੀ ਜਾਏਗੀ।